ਪੂਰਾ ਧਿਆਨ ਨਾਲ ਸਮਝ ਲੈਣਾ ਇੱਕ ਵਾਰੀ। ਕੁਐਸਚਨ ਦੇ ਵਿੱਚ ਕੀ ਕਹਿੰਦਾ ਐਕਸ ਟੂ ਰੇ ਤੋਂ ਜਿਹੜੀ ਸ਼ਬਦ ਆਪਾਂ ਨੂੰ ਨਵੇਂ ਲੱਗ ਰਹੇ ਉਹਨਾਂ ਨੂੰ ਅੰਡਰਲਾਈਨ ਕਰ ਲਓ। ਪਹਿਲਾਂ ਕੁਐਸਚਨ ਕਰਨ ਤੋਂ ਪਹਿਲਾਂ ਐਕਸ ਟੂ ਰੇ ਤੋਂ ਬਿੰਦੂ ਪਤਾ ਕਰੋ ਜਿਨ੍ਹਾਂ ਦੀ ਦੂਰੀ ਬਿੰਦੂਆਂ ਆ ਦੋ ਪੁਆਇੰਟ ਦਿੱਤੇ ਹੋਏ ਆ, ਕਹਿੰਦਾ ਇਹਨਾਂ ਤੋਂ ਬਰਾਬਰ ਦੂਰੀ ਤੇ ਹੋਵੇ। ਹੁਣ ਜਦੋਂ ਵੀ ਆਪਾਂ ਗ੍ਰਾਫ ਬਣਾਉਂਦੇ ਹਾਂ ਤਾਂ ਆਪਣੇ ਕੋਲ ਦੋ ਲਾਈਨਸ ਆਪਾਂ ਬਣਾਉਂਦੇ ਹਾਂ, ਇੱਕ ਐਕਸ ਵਾਲੀ ਇੱਕ ਵਾਈ ਐਕਸ। ਹੁਣ ਆਪਾਂ ਨੇ ਕੋਈ ਕਿਹਦੀ ਗੱਲ ਕਰ ਰਿਹਾ ਹੈ, ਉਹ ਇਸ ਪੁਆਇੰਟ ਦੀ ਐਕਸ ਐਕਸ ਦੀ ਇਹਦੀ ਗੱਲ ਕਰ ਰਿਹਾ ਨਾ। ਐਕਸ ਟੂ ਰਾ ਆਪਾਂ ਇਹ ਸੋਲੂਸ਼ਨ ਲਿਖਾਂਗੇ ਐਕਸ ਟੂ ਰੇ ਦੇ ਬਿੰਦੂ। ਹੁਣ ਐਕਸ ਟੂ ਰੇ ਦੇ ਬਿੰਦੂ ਲਿਖਾਂਗੇ ਤਾਂ ਜਿਹੜੀ ਐਕਸ ਵਾਲੀ ਲਾਈਨ ਹੈ ਇਹਦੇ ਉੱਪਰ ਕਿਹਦੇ ਪੁਆਇੰਟ ਦਿੱਤੇ ਹੁੰਦੇ ਆ, ਐਕਸ ਦੇ। ਇਹਦੇ ਉੱਪਰ ਵਾਈ ਦੇ ਜਿਹੜੇ ਪੁਆਇੰਟਸ ਆਪਣੇ ਕੋਲ ਨਹੀਂ ਹੁੰਦੇ, ਵਾਈ ਦੇ ਪੁਆਇੰਟਸ ਕੀ ਹੁੰਦੇ ਆਪਣੇ ਕੋਲ? ਜ਼ੀਰੋ। ਇਸਦੇ ਉੱਪਰ ਵਾਈ ਜ਼ੀਰੋ ਹੁੰਦਾ। ਸਿੰਪਲ ਆਪਾਂ ਕਹੀਏ ਤਾਂ ਜਦੋਂ ਵੀ ਤੁਹਾਡੇ ਕੋਲ ਐਕਸ ਟੂ ਰੇ ਦੀ ਗੱਲ ਕੀਤੀ ਜਾਣੀ ਆ ਉਦੋਂ ਪੁਆਇੰਟਸ ਕਿਹੜੇ ਆਣੇ ਤੁਹਾਡੇ ਕੋਲ? ਪਹਿਲਾ ਪੁਆਇੰਟ ਐਕਸ ਹੁੰਦਾ ਹੈ ਆਪਣੇ ਕੋਲ, ਉਹਨੂੰ ਆਪਾਂ ਐਕਸ ਰੱਖ ਲੈਣਾ। ਜਿਹੜਾ ਵਾਈ ਵਾਲਾ ਪੁਆਇੰਟ ਹੁੰਦਾ ਉਹਨੂੰ ਆਪਾਂ ਜ਼ੀਰੋ ਕਰ ਦੇਣਾ। ਜੇ ਐਕਸ ਟੂ ਰੇ ਦੀ ਗੱਲ ਕਰਦਾ ਹੈ ਐਕਸ ਵਾਲਾ ਪੁਆਇੰਟ ਐਕਸ ਰਹਿ ਜੂਗਾ, ਵਾਈ ਵਾਲਾ ਪੁਆਇੰਟ ਜ਼ੀਰੋ ਹੋ ਜੂਗਾ। ਜੇ ਇਸ ਤਰ੍ਹਾਂ ਹੀ ਵਾਈ ਐਕਸਿਸ ਦੀ ਗੱਲ ਕਰੇ ਤਾਂ ਐਕਸ ਵਾਲਾ ਪੁਆਇੰਟ ਜ਼ੀਰੋ ਹੋ ਜੂਗਾ ਤੇ ਵਾਈ ਵਾਲਾ ਪੁਆਇੰਟ ਵਾਈ ਆਪਾਂ ਰੱਖ ਲਾਂਗੇ। ਕਲੀਅਰ? ਹੁਣ ਇਹ ਵਾਲੇ ਦੋਨੋਂ ਪੁਆਇੰਟ ਜਿਹੜੇ ਨੇ ਇਹਦੇ ਦੋ ਬਰਾਬਰ ਦੂਰੀ ਤੇ ਆ, ਮਤਲਬ ਕਿ ਇੱਕ ਪੁਆਇੰਟ ਆ ਹੋ ਗਿਆ, ਇੱਕ ਆ ਹੋ ਗਿਆ। ਇੱਕ ਪੁਆਇੰਟ ਆਪਾਂ ਲਿਖਿਆ 2.-5, ਇੱਕ ਆਪਾਂ ਲਿਖਿਆ -2.9। ਯਾਨੀ ਕਿ ਆਹ ਜਿਹੜੀ ਦੂਰੀ ਆ ਨਾ ਦੋਵਾਂ ਦੀ, ਇਹ ਦੋਵੇਂ ਦੂਰੀਆਂ ਕਹਿੰਦਾ ਬਰਾਬਰ ਨੇ। ਠੀਕ ਆ, ਇਸ ਪੁਆਇੰਟ ਨੂੰ ਆਪਾਂ ਮੰਨ ਲੈਂਦੇ ਹਾਂ ਇਹ ਪੁਆਇੰਟ ਸਾਡੇ ਕੋਲ ਪੀ ਆ, ਇਹ ਵਾਲਾ ਪੁਆਇੰਟ ਕੀ ਆਪਣੇ ਕੋਲ ਕਿਊ, ਤੇ ਇਹ ਪੁਆਇੰਟ ਕੀ ਆ ਆਰ। ਪਰ ਹੁਣ ਆਪਾਂ ਜੇ ਦੂਰੀ ਕੱਢਾਂਗੇ ਆਪਾਂ ਕਿਹੜੀ ਦੂਰੀ ਕੱਢਾਂਗੇ? ਇੱਕ ਤਾਂ ਆਪਾਂ ਪੀ ਕਿਊ ਕੱਢਾਂਗੇ, ਪੀ ਕਿਊ ਹੋ ਗਈ ਨਾ ਇੱਕ, ਇੱਕ ਕੱਢਾਂਗੇ ਆਪਾਂ ਪੀ ਆਰ, ਤੇ ਦੋਵੇਂ ਦੂਰੀਆਂ ਹੈ ਹਨ ਕੀ ਆ, ਦੋਵੇਂ ਇਕੁਅਲ ਆ ਨਾ, ਦੋਵੇਂ ਡਿਸਟੈਂਸ ਜਿਹੜੇ ਆ ਦੋਵੇਂ ਦੂਰੀਆਂ ਨੇ ਉਹ ਬਰਾਬਰ ਨੇ, ਤੇ ਇਸ ਲਈ ਆਪਾਂ ਨੂੰ ਕੀ ਕਰ ਦਾਂਗੇ ਵਿੱਚ ਬਰਾਬਰ ਦਾ ਸਾਈਨ ਪਾ ਦਾਂਗੇ। ਇਸ ਲਈ ਆਪਾਂ ਹੁਣ ਪੀ ਕਿਊ ਦੀ ਦੂਰੀ ਕੱਢਾਂਗੇ ਤੇ ਪੀ ਆਰ ਦੀ ਕੱਢਾਂਗੇ, ਦੋਵਾਂ ਨੂੰ ਬਰਾਬਰ ਕਰਕੇ ਫਿਰ ਆਪਾਂ ਵੈਲਿਊ ਕੱਢਣੀ ਆ ਐਕਸ ਦੀ। ਮਤਲਬ ਕਿ ਇਹ ਵਾਲੇ ਪੁਆਇੰਟ ਐਕਸ ਟੂ ਦੇ ਪੁਆਇੰਟ ਜਿਹੜੇ ਫਾਈਂਡ ਕਰਨੇ ਆ, ਇਹ ਆਪਾਂ ਨੂੰ ਕਿਹਾ ਗਿਆ ਪਤਾ ਕਰ। ਠੀਕ ਆ, ਹੁਣ ਆਪਾਂ ਪੀ ਕਿਊ ਦੇ ਫਾਈਂਡ ਕਰਦੇ ਪਹਿਲਾਂ ਦੂਰੀ। ਹੁਣ ਇਹਦੇ ਪਹਿਲਾਂ ਦੇਖੋ ਆਪਾਂ ਕੀ ਲਿਖਿਆ, ਪੀ ਕੀ ਲਿਖਿਆ, ਕਿਊ, ਮਤਲਬ ਕਿ ਕਿਊ ਦੇ ਪੁਆਇੰਟ ਦੇ ਵਿੱਚੋਂ ਪੀ ਦੇ ਪੁਆਇੰਟ ਕੀ ਕਰਾਂਗੇ? ਮਾਈਨਸ ਕਰ ਦਾਂਗੇ। 2-x ਆ ਗਿਆ, 2-x ਦਾ ਵਰਗ ਪਲੱਸ -5-0, 0 ਦਾ ਵਰਗ। ਫਿਰ ਆਉਂਦਾ ਆਪਣੇ ਕੋਲ, ਹੁਣ ਇੱਕ ਆਪਣੇ ਕੋਲ ਫਾਰਮੂਲਾ ਹੁੰਦਾ ਵਾ a-b ਦਾ ਵਰਗ, a² + b² - 2ab। ਹੁਣ ਇਹ ਵਾਲੀ ਜਿਹੜੀ ਫਾਰਮ ਆਪਣੇ ਕੋਲ ਆ ਗਈ ਆ, ਵਿੱਚ ਮਾਈਨਸ ਆ ਤੇ ਇੱਕ ਫੈਕਟਰ ਇੱਧਰ ਦਿੱਤਾ ਹੋਇਆ, ਇੱਕ ਅੱਧਾ, ਤੇ ਉਹਦਾ ਸਾਰੇ ਦੇ ਉੱਪਰ ਵਰਗ ਦਿੱਤਾ ਆ। ਧਿਆਨ ਨਾਲ ਦੇਖੋ ਤੁਸੀਂ ਗਲਤੀਆਂ, ਪਤਾ ਕੀ ਕਰਦੇ ਹੋ ਤੁਸੀਂ, ਕਈ ਵਾਰੀ ਇਹਦੇ ਵਿੱਚ ਸਕੇਅਰ ਪਾ ਦਿੰਦੇ ਹੋ, ਐ ਨਹੀਂ ਪੈਣਾ ਹੈਗਾ, ਆਪਣੀ ਮਰਜ਼ੀ ਨਹੀਂ ਹੈਗੀ ਕੋਈ ਕਿ ਆਪਣੀ ਮਰਜ਼ੀ ਦਾ ਜਿੱਦਾਂ ਮਰਜ਼ੀ ਮੈਥ ਨੂੰ ਲਿਖੀ ਜਾਓ, ਜਿੱਦਾਂ ਹੈਗਾ ਰਿਜ਼ਲਟ ਸਟੈਂਡਰਡ ਉਸ ਤਰ੍ਹਾਂ ਹੀ ਲਿਖਣਾ ਪੈਣਾ। ਠੀਕ ਆ, ਕਈ ਵਾਰ ਆਪਾਂ ਵਿੱਚ ਮਾਈਨਸ ਪਾ, ਵਿੱਚ ਵਰਗ ਪਾਉਂਦੇ ਸਾਰੀ ਬ੍ਰੈਕਟ ਪੈਣੀ ਹੈ, ਤਾਂ ਉਹਦੇ ਉੱਪਰ ਘਾਤ ਵਾਂਗ 2 ਆਉਂਦੀ ਹੈ ਹੈਗੀ ਇਸ ਤਰ੍ਹਾਂ ਹੀ। ਹੁਣ ਆਪਾਂ ਇਹਦੇ 'ਤੇ ਆਪਣਾ ਫਾਰਮੂਲਾ ਲਗਾਉਣਾ, ਪਹਿਲਾਂ ਕੀ ਹੈ ਏ ਦੀ 2, ਮਤਲਬ 2 ਦੀ ਘਾਤ 2, ਫਿਰ ਜਮਾ ਬੀ ਕਿੰਨਾ ਆਪਣੇ ਕੋਲ, ਬੀ ਹੈਗਾ ਐਕਸ ਇੱਥੇ, ਫਿਰ ਐਕਸ ਦੀ ਘਾਤ 2, ਫਿਰ ਮਾਈਨਸ -2 a ਕਿੰਨਾ 2, ਬੀ ਕਿੰਨਾ ਐਕਸ, ਫਿਰ ਪਲੱਸ, ਆਹ ਚੀਜ਼ ਕੰਪਲੀਟ ਹੋ ਗਿਆ, ਆਹ ਇੰਨਾ ਬਣਿਆ ਆਪਣੇ। ਕਲੀਅਰ? ਹੁਣ ਪਲੱਸ, ਫਿਰ ਆਹ ਵਾਲਾ ਪਲੱਸ ਆਉਂਦਾ, ਇਹ ਅਲੱਗ ਹੋ ਗਿਆ ਨਾ ਫਿਟਰ, ਇਹਨੂੰ ਆਪਾਂ ਬ੍ਰੈਕਟ 'ਚ ਕਰ ਲਾਂਗੇ ਕਿ ਆਹ ਚੀਜ਼ ਇਹਨੂੰ ਸੋਲਵ ਕਰਕੇ ਆਈਏ। ਫਿਰ ਆਉਂਦਾ ਆਪਣੇ ਕੋਲ ਪਲੱਸ, ਫਿਰ ਆਪਾਂ ਲਿਖਦੇ ਹਾਂ -5-0-, -+ ਸਾਈਨ ਮਾਈਨਸ ਦਾ ਕਿੰਨਾ ਰਹਿ ਗਿਆ, -5 ਉਹਦਾ ਵਰਗ ਆ ਰਹਿ ਗਿਆ, 2 × 4 ਪਲੱਸ ਐਕਸ ਦਾ ਵਰਗ, 2 × 4 ਨਾਲ ਐਕਸ ਹੈ, ਐਕਸ ਨੂੰ ਗੁਣਾ ਕੀਤੀ 4x, ਮਾਈਨਸ ਦਾ ਆ ਗਿਆ 4x, ਪਲੱਸ 5 ਦਾ ਵਰਗ ਕੀਤਾ 25 ਆ ਗਿਆ, ਮਾਈਨਸ ਉਹਦਾ ਵਰਗ ਕੀਤਾ ਤਾਂ ਪਲੱਸ ਜਾਊਗਾ। ਹੁਣ ਜੋ ਵੀ ਨੰਬਰ ਨੇ ਉਹਨਾਂ ਨੂੰ ਆਪਾਂ ਜੋੜਦਾ ਗਿਆ ਗਿਆ, ਐਕਸ ਦਾ ਸਕੇਅਰ -4x, 25 ਦੇ 4 ਕਿੰਨੇ ਹੋ ਗਏ, 30, ਇਹ ਆ ਗਿਆ ਆਪਣੇ ਕੋਲ ਪੀ ਕਿਊ ਆ ਗਿਆ ਆਪਣੇ। ਹੁਣ ਆਪਾਂ ਕੱਢਣਾ ਆ ਪੀ ਆਰ, ਹੁਣ ਪੀ ਆ ਪੀ ਆਰ ਆ ਤਾਂ ਆਰ ਦੇ ਪੁਆਇੰਟ ਤੋਂ ਆਪਾਂ ਪੀ ਦੇ ਪੁਆਇੰਟ ਮਾਈਨਸ ਕਰਾਂਗੇ। ਪਹਿਲਾ ਪੁਆਇੰਟ ਕੀ x1, x1 ਆਪਣੇ ਕੋਲ ਐਕਸ ਆ, x2 ਕਿੰਨਾ ਵਾ -2, -2 - x ਆ ਜਾਏਗਾ, -2 - x ਦਾ ਵਰਗ ਪਲੱਸ 9-0। ਹੁਣ ਫਿਰ ਆਪਣੇ ਕੋਲ ਇਹੋ ਚੀਜ਼ ਬਣ ਗਈ ਹੈਗੀ ਆ। ਠੀਕ ਆ, ਫਿਰ ਆਪਾਂ ਏ ਦਾ ਵਰਗ ਪਲੱਸ ਬੀ ਦਾ ਵਰਗ -2ab ਲਗਾਵਾਂਗੇ। ਇਹ ਪਹਿਲਾਂ ਆ ਗਿਆ ਆਪਣੇ ਕੋਲ -2 ਦਾ ਵਰਗ ਪਲੱਸ ਐਕਸ ਦਾ ਵਰਗ। ਹੋਰ ਵੀ ਇਹ ਤੁਸੀਂ ਵਧੀਆ ਢੰਗ ਨਾਲ ਕੁਐਸਚਨ ਨੂੰ ਕਰਨਾ ਆ, ਆਪਾਂ ਇਹ ਕਰਦੇ ਇਹਦੇ ਚੋਂ ਨਾ ਮਾਈਨਸ
फॉर्मूला लगावे हम अपने को एक फॉर्मूला होंगे वा ए प्लस बी का वर्ग देखो इतने माइनस है इतने प्लस है ए की होगा अपने को ए स्क्वायर प्लस बी स्क्वायर प्लस दो ए बी बस ये प्लस पैना प्लस वाले माइनस वाले माइनस होंगे है हम ये माइनस बार आएगा कोई चक्कर नहीं अपन माइनस आप बार ही रखा इन आप सॉल्व किया दो का वर्ग प्लस एक्स का वर्ग प्लस दो इंटू दो इंटू एक्स प्लस किन्ना गया नौ नाम क्या फिर सॉल्व करते हैं अपने को आता आप माइनस इस तरह बार दो दो चार प्लस एक्स का वर्ग प्लस चार एक्स फिर आता अपने को प्लस का क्या सी बाद लिखे आप
ਬੀ ਦੇ ਪੁਆਇੰਟ ਚੋਂ ਕਿਹੜੇ ਪੁਆਇੰਟ ਮਾਈਨਸ ਹੋਣਗੇ ਕਿਊ ਦੇ, ਬੀ ਦੇ ਪਹਿਲੇ ਪੁਆਇੰਟ ਚੋਂ ਕਿਊ ਦਾ ਪਹਿਲਾ ਪੁਆਇੰਟ ਮਾਈਨਸ, ਬੀ ਦੇ ਦੂਸਰੇ ਚੋਂ ਕਿਊ ਦਾ ਦੂਸਰਾ ਪੁਆਇੰਟ ਮਾਈਨਸ, 5 ਮਾਈਨਸ 0 ਦਾ ਵਰਗ ਪਲੱਸ ਮਾਈਨਸ 10 ਮਾਈਨਸ 1, 5 ਮਾਈਨਸ 0 5 ਦਾ ਵਰਗ ਪਲੱਸ 10 ਮਾਈਨਸ ਮਾਈਨਸ, ਸਾਈਨ ਕਿਹੜਾ ਆਣਾ ਮਾਈਨਸ, ਇਹ ਕਿੰਨਾ ਆ ਗਿਆ ਆਪਣੇ ਕੋਲ ਮਾਈਨਸ ਦੇ 4, ਉਹਦਾ ਵਰਗ ਆ ਗਿਆ 25, 4 ਚੌਕੇ 16, 25 ਤੇ 16 41 41 ਆ ਗਿਆ, ਇਹ ਆ ਗਿਆ ਆਪਣੇ ਕੋਲ ਕਿਊ ਪੀ, ਹੁਣ ਕਿਊ ਪੀ ਹੋ ਗਿਆ ਫਾਇੰਡ, ਹੁਣ ਕਿਊ ਆਰ ਫਾਇੰਡ ਕਰਾਂਗੇ ਆਪਾਂ, ਕਿਊ ਆਰ ਫਾਇੰਡ ਕਰਾਂਗੇ ਆਰ ਦੇ ਪਹਿਲੇ ਪੁਆਇੰਟ ਚੋਂ ਕਿਊ ਦਾ ਪਹਿਲਾ ਪੁਆਇੰਟ ਮਾਈਨਸ ਐਕਸ ਮਾਈਨਸ 0 ਦਾ ਵਰਗ ਪਲੱਸ 6 ਮਾਈਨਸ 1 ਦਾ ਵਰਗ, ਐਕਸ ਚੋਂ 0 ਮਾਈਨਸ ਕੀਤਾ ਐਕਸ ਹੀ ਰਹਿ ਜਾਏਗਾ 0 ਨੂੰ ਕਿਸੇ ਚੋਂ ਮਾਈਨਸ ਕਰਦਾ ਵੈਲਿਊ ਲੈ ਜਾਊ ਆਪਣੇ ਕੋਲ, ਕੀ ਆ ਗਿਆ ਐਕਸ ਦਾ ਹੀ ਵਰਗ ਆ ਗਿਆ ਪਲੱਸ 6 ਮਾਈਨਸ 1 5 ਦਾ ਵਰਗ, ਇਹ ਕੀ ਬਣ ਜਾਂਦਾ ਆਪਣੇ ਕੋਲ ਐਕਸ ਦਾ ਵਰਗ ਪਲੱਸ 55, ਹੁਣ ਇਹ ਕੱਚ ਆ ਗਿਆ ਆਪਣੇ ਕੋਲ ਐਕਸ ਵਿੱਚ ਆ ਗਿਆ ਤਾਂ ਇੱਕ ਐਗਜੈਕਟ ਵੈਲਿਊ ਆ ਗਈ, ਬਟ ਦੂਰੀਆਂ ਤਾਂ ਦੋਨੋਂ ਆਪਣੇ ਕੋਲ ਹੋ ਗਈਆਂ, ਇਹ ਅੱਗੇ ਸੋਲਵ ਨਹੀਂ ਹੋ ਸਕਦਾ ਕਿਉਂਕਿ ਐਕਸ ਨਹੀਂ ਆਉਣੀ, ਜਦੋਂ ਤੱਕ ਐਕਸ ਨਹੀਂ ਆਉਂਦਾ ਤਾਂ ਆਪਾਂ ਫਾਇੰਡ ਨਹੀਂ ਕਰ ਸਕਦੇ, ਹੁਣ ਆਪਾਂ ਦੋਵੇਂ ਦੂਰੀਆਂ ਨੂੰ ਕੀ ਪ੍ਰਾਪਤ ਕਰਾਂਗੇ ਬਰਾਬਰ, ਜਿਸ ਤਰ੍ਹਾਂ ਉੱਚੇ ਇੱਕ ਮੰਨੇ ਤੇ ਆਪਾਂ ਇੱਥੇ ਵੀ ਇਕੁਏਸ਼ਨ 1 ਮੰਨ ਲੈਂਦੇ ਹਾਂ, ਫਿਰ ਆਪਾਂ ਲਿਖਦੇ ਹਾਂ 1 ਤੋਂ ਸਮੀਕਰਨ 1 ਤੋਂ, ਹੁਣ ਆਪਣੇ ਕੋਲ ਇਹ ਕਿੰਨਾ ਆ 41 ਇਜ਼ ਇਕੁਅਲ ਟੂ ਕਿਹਦੇ ਕਰਾਂਗੇ ਐਕਸ ਸਕੁਅਰ ਪਲੱਸ 25, ਹੁਣ ਦੋਵਾਂ ਪਾਸੇ ਕੀ ਆ ਵਰਗਮੂਲ ਆ, ਵਰਗਮੂਲ ਕੀ ਹੋ ਜਾਊਗਾ ਕੱਟਿਆ ਜਾਊਗਾ, ਵਰਗਮੂਲ ਕੱਟਿਆ ਗਿਆ ਵਰਗਮੂਲ ਦੇ ਨਾਲ, ਇਹ ਹੈਗਾ 41 ਇਜ਼ ਇਕੁਅਲ ਟੂ ਐਕਸ ਸਕੁਅਰ ਪਲੱਸ 25, ਹੁਣ ਇਹਦੇ ਵਿੱਚ ਇੱਕੋ ਹੀ ਐਕਸ ਵਾਲੀ ਵੈਲਿਊ ਤਾਂ ਦੋ ਜਿਹੜੇ ਨੰਬਰ ਦਿੱਤੇ ਹੋਏ ਆਪਣੇ ਕੋਲ, ਇੱਥੇ ਜਾ ਕੇ ਕੀ ਕਰਨਾ ਆਪਾਂ ਕਿ ਨੰਬਰ ਇੱਕ ਸਾਈਡ ਤੇ ਕਰਨੇ ਆ ਤੇ ਜਿਹੜੇ ਐਕਸ ਆ ਉਹਨਾਂ ਨੂੰ ਆਪਾਂ ਇੱਕ ਸਾਈਡ ਤੇ ਕਰਨਾ, ਐਕਸ ਇਸ ਸਾਈਡ ਤੇ ਇਹਨੂੰ ਇੱਧਰ ਹੀ ਰਹਿਣ ਦਿਓ, ਇੱਧਰ 41 ਆ, ਦੇਖੋ ਐਕਸ ਇੱਧਰ ਸੀਗਾ ਇਹਨੂੰ ਇੱਥੇ ਰਹਿਣ ਤਾਂ ਹਟਾਉਣਾ ਕਿੱਧਰ ਦਾ 25 ਇਕੁਅਲ ਟੂ ਦਾ ਸਾਈਨ ਇੱਥੇ ਰਹਿਣਾ ਐਕਸ ਦੇ ਅੱਗੇ, 25 ਇੱਧਰ ਆ ਗਿਆ ਮਾਈਨਸ ਦੇ ਹੋ ਗਏ 25, ਹੁਣ ਐਕਸ ਨੂੰ ਤੁਸੀਂ ਇੱਧਰ ਲਿਖ ਲਓ ਐਕਸ ਕਿੰਨੇ ਆ ਗਏ ਮਾਈਨਸ ਕਰਕੇ, ਇੱਥੇ 11 ਬਣਨਗੇ, 11 ਚੋਂ 5 ਘਟਾਓਗੇ ਕਿੰਨੇ ਆ ਗਏ 6, ਇੱਥੇ 3 ਰਹਿ ਗਏ 3 ਚੋਂ 2 ਘਟਾਓਗੇ 1, ਐਕਸ ਰਹਿ ਗਿਆ ਆਪਣੇ ਕੋਲ ਜਿਹੜਾ ਵੀ ਇੱਧਰ ਵਰਗ ਹੁੰਦਾ ਉੱਧਰ ਜਾ ਕੇ ਵਰਗਮੂਲ ਬਣ ਗਿਆ ਤੇ ਪਲੱਸ ਮਾਈਨਸ 2 ਆਨਸਰ ਦੇਵੇਗਾ, 16 ਦਾ ਵਰਗਮੂਲ ਕਿਹੜੀ ਸੰਖਿਆ ਨੂੰ ਗੁਣਾ 2 ਵਾਰੀ ਕਰਕੇ 16 ਆਉਂਦਾ 4, ਕਿੰਨਾ ਆ ਗਿਆ ਆਪਣੇ ਕੋਲ 4 ਪਲੱਸ ਮਾਈਨਸ 1 ਜਮਾ ਦਾ ਚਿੰਨ ਲੈਣ ਤੇ ਐਕਸ ਬਰਾਬਰ ਕਿੰਨਾ ਆ ਗਿਆ 4, ਇਸ ਲਈ ਆਰ ਪੁਆਇੰਟ ਆਰ ਕਿਹੜਾ ਹੋ ਗਿਆ ਆਪਣੇ ਕੋਲ 4,6, ਹੁਣ ਇਹਦਾ 4,6 ਹੋ ਗਿਆ, ਹੁਣ ਆਪਾਂ ਜੇ ਵੇਖੀਏ ਇੱਥੇ ਕਿੰਨਾ 41 ਆਇਆ ਸੀ ਇੱਧਰ ਕਿੰਨਾ ਸੀ ਐਕਸ ਸਕੁਅਰ ਜਮਾ 25, ਜੇ ਇੱਥੇ 41 ਆ ਤਾਂ ਇੱਥੇ ਵੀ 41 ਹੀ ਆਉਣਾ ਚਾਹੀਦਾ, ਠੀਕ ਹੈ ਨਾ, ਸੋ ਆਪਾਂ ਇਹਨੂੰ ਆਪਾਂ ਫਿਰ ਅੱਗੇ ਚਲਾਉਂਦੇ ਹਾਂ ਕੁਐਸਚਨ ਨੂੰ ਉੱਥੋਂ, ਇਹਨੂੰ ਥੋੜ੍ਹਾ ਅਲੱਗ ਕਰਨਾ ਬਾਅਦ 'ਚ ਨੀਚੇ ਕਿ ਤੁਹਾਨੂੰ ਕਲੀਅਰ ਰਹੇ ਕਨਸੈਪਟ ਕਿ ਅੱਗੇ ਬਾਅਦ 'ਚ ਆਉਣਾ, ਇਹ ਆਪਣੇ ਕੋਲ ਐਕਸ ਕਿੰਨਾ 4, ਐਕਸ ਕਿੰਨਾ ਆਇਆ ਆਪਣੇ ਕੋਲ 4, ਇੱਥੇ ਕਰਤਾ ਆਪਾਂ 4 ਦਾ ਵਰਗ ਜਮਾ 25, 4 ਚੁੱਕੇ 16 ਜਮਾ 25 ਕਿੰਨਾ ਆ ਜਾਊਗਾ ਆਪਣੇ ਕੋਲ 16 ਜਮਾ 25, 16 ਜਮਾ 25 ਕਿੰਨਾ ਆ ਗਿਆ 41, ਦੋਵੇਂ ਦੂਰੀਆਂ ਬਰਾਬਰ ਆ ਗਈਆਂ ਨਾ, ਇਹ ਸੀ ਜਿਹੜੀ ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਣਾ, ਜਸਟ ਇਹਨੂੰ ਲੱਗਣਗੇ 10-15 ਸੈਕਿੰਡ ਹੀ ਲੱਗਣੇ ਆ, ਇਗਜ਼ਾਮ 'ਚ ਕੁਐਸਚਨ ਕਰਨ ਲੱਗੇ ਗੱਲਾਂ ਧਿਆਨ ਰੱਖਣਾ, ਚੈੱਕ ਜ਼ਰੂਰ ਕਰਨਾ ਕਿਉਂਕਿ ਐਕਸ ਐਡ ਕਰੋਗੇ, ਕਲੀਅਰ, ਹੁਣ ਕੁਐਸਚਨ ਦਾ 10th ਆਪਣੇ ਕੋਲ, 10th ਕੁਐਸਚਨ ਦੇ ਵਿੱਚ ਕੀ ਕਿਹਾ ਗਿਆ ਆਪਣੇ ਕੋਲ ਐਕਸ ਅਤੇ ਵਾਈ ਵਿੱਚ ਸੰਬੰਧ ਪਤਾ ਕਰੋ, ਜੇ ਬਿੰਦੂ ਐਕਸ ਕਮਾ ਵਾਈ ਬਿੰਦੂਆਂ ਇਸ ਦੋਵੇਂ ਪੁਆਇੰਟਸ ਤੋਂ ਬਰਾਬਰ ਦੂਰੀ ਤੇ ਹਨ, ਪਹਿਲੇ ਕੁਐਸਚਨ ਦੇ ਵਿੱਚ ਆਪਣੇ ਕੋਲ ਸੀ ਕੋਈ ਨਾ ਕੋਈ ਪੁਆਇੰਟ ਦਿੱਤਾ ਜਿੱਦਾਂ ਇੱਧਰ ਆਪਣੇ ਕੋਲ ਕਿਊ ਦਿੱਤਾ ਹੋਇਆ ਸੀ ਪੁਆਇੰਟ, ਪਰ ਇੱਥੇ ਕੀ ਕਹਿੰਦਾ ਕਿ ਜਿਹੜੇ ਪੁਆਇੰਟਸ ਹੈ ਨਾ ਉਹ ਹੈਗੇ ਐਕਸ ਵਾਈ ਆ, ਮੰਨ ਲਓ ਸਾਰੇ ਦੇ ਉੱਪਰ ਵਰ ਗਿਆ
एक्स की तो वैल्यू नहीं है अपने को, जो एक्स होंगी तो आप सीधा माइनस कर लेंगे तो वैल्यू तो बारह करके आप सॉल्व कर लेंगे। हम इतने की लगेगा अपने को फॉर्मूला लगेगा ए माइनस बी दे होल स्केयर का सारे ही वर्ग का, वो क्या होगा अपने को ए का स्केयर मतलब तीन का स्केयर प्लस एक्स का स्केयर माइनस दो ए बी तीन के नाल आ गया एक्स प्लस ए अपने को एक डायरेक्ट सॉल्व हो गई ए वाली। इधर फिर यही फॉर्मूला इस तरह लगेगा छे का वर्ग प्लस वाई का वर्ग माइनस दो इंटू छे इंटू वाई ये आ गया अपने तैती है नौ प्लस एक्स स्केयर माइनस दो तीन छे एक्स आ गया प्लस छे शिकम छत्ती प्लस वाई का स्केयर माइनस छे गुणी बारह वाई आ गया अपने। हम सब तो पहला ये कि आप एक्स स्केयर को अगे लिखना है फिर लिखना है आप वाई स्केयर फिर माइनस आ माइनस सी एक्स आ बारह माइनस इन उत्तर लिखा माइनस सी एक्स माइनस बारह वाई क्योंकि एक जे नहीं है प्लस माइनस नहीं कर सकते क्योंकि उन्हें एक्स लगा है उन्हें वाई लगा यह ध्यान च रखनी चीज सारे ने इन्हें एक्स लगा हुआ इन्हें वाई लगा हुआ यह माइनस या प्लस नहीं हो गए जो दोवे एक्स होपरेशन लगेगा जो दोवे वाई होगा लगेगा उदा नहीं लगना नौ जमा छत्ती नौ जमा छत्ती आ गया अपने को पंताली अपने को एक दूरी क्योंकि एक नंबर है बाकी सारे अपने को वेरिएबल है बाकी सारे चल नहीं एक चल है यह सॉल्व नहीं होता यह अपने को जो आ गया अपने को ठीक आ गया हम फाइंड की करा क्या कि हम आपके पॉइंट को माइनस करा आप माइनस थ्री माइनस एक्स प्लस फिर की आता अपने को चार माइनस वाई हम फिर अपने को इतने देखो दोवे माइनस आ गया जो दोवे माइनस लगा है अपने को आप इसको माइनस कॉमन लगा यह ध्यान रखिए यह आ गया तीन प्लस एक्स का वर्ग प्लस चार माइनस वाई का वर्ग माइनस तीन दो प्लस एक्स दो प्लस आना प्लस आना कौन का प्लस दो इंटू तीन इंटू एक्स कर दिया इतने खत्म नहीं बड़ी प्रैक्टिस जी सी प्लस फिर आ रहा अपने को चार का स्केयर प्लस वाई का स्केयर माइनस दो इंटू चार इंटू वाई ये आ गया माइनस तीन दिए नौ एक्स का वर्ग आ गया दो दिए प्लस छे वाई छे एक्स प्लस फिर आता अपने को चार छे सोलह प्लस वाई भी दो माइनस चार दूनी अठ वाई अच्छा हम अपने को की आ जी अपने को पढ़ गया इसको बाद सॉल्व कर दिया अपने को पी आर कि आ जाता एक्स सारे ब्रैकेट ओपन करते हम लगा हुआ माइनस लगा ना बार तो ब्रैकेट के सारे साइन की मुड़ के माइनस नौ माइनस एक्स का वर्ग प्लस माइनस छे एक्स प्लस सोलह प्लस वाई स्केयर माइनस एट वाई माइनस एक्स स्केयर पहले एक्स वर्ग वाली वैल्यू वड्डी होंगी पहले लिख लो घर वड्डी प्लस वाई का स्केयर माइनस छे एक्स माइनस अठ वाई फिर अपने को सोलह से नौ हम सोलह के नाल की लगा हुआ प्लस नौ दे नाल की माइनस सोलह चो नौ भी कर दे आपां माइनस कर दे सोलह चो नौ माइनस कितने किन्ने आ गए हाजी सात सात वड्डी वैल्यू सोलह प्लस भी आ गए ये आ गया अपने को पी आर हम दोवे की है बराबर दूरी से फिर आप एक मानते हैं एक तो हम दोवे दूरिया बराबर कर दो पहली आर सी अपने को एक्स स्केयर प्लस वाई स्केयर माइनस छे एक्स माइनस बारह वाई प्लस फोर्टी फाइव इज इक्वल टू आ जाऊगा अपने को माइनस एक्स स्केयर प्लस वाई स्केयर माइनस छे एक्स माइनस अठ वाई प्लस सात हम दोवे पास की लगा हुआ अपने को वर्गमूल 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 कटिया गया अपने को रह गया एक्स स्केयर प्लस वाई स्केयर माइनस छे एक्स माइनस बारह वाई प्लस फोर्टी फाइव इज इक्वल टू माइनस एक्स स्केयर प्लस वाई स्केयर माइनस छे एक्स माइनस अठ वाई प्लस यह आ गया हम देखो कि इधर अपने को प्लस दे एक्स या इधर कह दिया माइनस दे हम आप कि नंबर जो एक साइड से कर लेना जो चल ने ना एक्स वाई जो होंगे चालू होंगे इन्होंने आप एक साइड से लिख लेना एक्स स्केयर इधर इधर एक्स स्केयर माइनस होया इधर की हो गया प्लस का इधर
ਪਲੱਸ ਦੇ ਵਾਈ ਸਕੁਅਰ ਇਧਰ ਕਰਦੇ ਆ ਪਲੱਸ ਦੇ ਇਧਰ ਐਕਸ ਕਰਦੇ ਹੋ ਗਏ ਮਾਈਨਸ ਦੇ ਮਾਈਨਸ ਦਾ 6x ਇਧਰ x ਵਾਲੀ ਵੈਲਿਊ ਮਾਈਨਸ ਪਲੱਸ ਹੋ ਗਈ ਮਾਈਨਸ ਦੇ 12y ਇਧਰ ਕਰਦੇ ਆ ਮਾਈਨਸ ਦੇ 8 ਪਲੱਸ ਦੇ 8y ਹੋ ਗਿਆ ਹੋ ਗਏ x y ਸਾਰੇ ਇੱਕ ਸਾਈਡ ਤੇ ਹੁਣ ਰਹਿ ਗਿਆ ਨੰਬਰ ਇਹ 7 ਇਧਰ ਰਹਿਣ ਦੋ ਇਹ 45 ਇਧਰ ਕੀ ਹੋ ਗਏ ਮਾਈਨਸ ਹੁਣ x ਤੇ x ਕੀ ਹੋ ਗਏ ਦੋਵੇਂ ਪਲੱਸ ਦੇ ਆਪਣੇ ਕੋਲ 2x ਦਾ ਵਰਗ ਹੋ ਗਿਆ ਇਹ ਪਲੱਸ ਤੇ ਮਾਈਨਸ ਕੱਟੇ ਗਏ ਮਾਈਨਸ ਪਲੱਸ ਕੱਟਿਆ ਗਿਆ ਇਹ ਮਾਈਨਸ ਹੈ ਪਲੱਸ ਹੈ ਆਪਣੇ ਕੋਲ ਕੀ ਆ ਗਿਆ 12 ਚੋਂ 8 ਕਿਹੜਾ ਹੈ 4 ਮਾਈਨਸ ਦੇ 4y ਬਰਾਬਰ ਆ ਗਿਆ ਆਪਣੇ ਕੋਲ 45 ਚੋਂ 7 ਮਾਈਨਸ ਕਿਤੇ ਕਿੰਨੇ ਆ ਗਏ ਆਪਣੇ ਕੋਲ 38 ਮਾਈਨਸ ਦੇ 38 ਆਪਣੇ ਕੋਲ ਕੀ ਆ ਜਾਂਦਾ 2x ਸਕੁਅਰ ਮਾਈਨਸ 4y ਪਲੱਸ 38 ਇਕੁਅਲ ਟੂ 0 ਆ ਜਿਹੜੀ ਇਕੁਏਸ਼ਨ ਬਣ ਗਈ ਇਹ ਆਪਣੇ ਕੋਲ ਇਹਦੇ ਚ ਜਿਹੜਾ ਸੰਬੰਧ ਪਤਾ ਕਰਨ ਨੂੰ ਕਹਿੰਦੇ ਕਿਆ ਸੰਬੰਧ ਆ ਗਿਆ ਠੀਕ ਹੈ ਇਹ ਆਨਸਰ ਇੱਥੇ ਵੀ ਰਹਿ ਸਕਦਾ ਮਾਈਨਸ 30 ਇੱਧਰ ਲਿਖਣਾ ਪਲੱਸ